ਕੌਣ ਕਹਿੰਦਾ ਅਕਾਲੀ ਦਲ? ਕਬੀਰ ਬਾਦਲ ਨੂੰ ਤੁਸੀਂ ਸੀਰੀਅਸ ਲਈ ਜਾਂਦੇ ਹੋ ਯਾਰ, ਮੰਦ ਬੁੱਧੀ ਬੱਚਾ ਉਹ। ਹੋਰ ਸਵਾਲ ਕਰੋ ਯਾਰ ਕੋਈ, ਤੂੰ ਠੇਕਾ ਲਿਆ ਸਾਰੇ ਸਵਾਲਾਂ ਦਾ, ਤੂੰ ਠੇਕਾ ਲਿਆ ਸਾਰੇ ਸਵਾਲਾਂ ਦਾ। ਹਾਂ ਫਿਰ ਕੀ ਗੱਲ ਬਣੀ? ਚੰਡੀਗੜ੍ਹ 'ਚ ਹੋਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਗਵੰਤ ਮਾਨ ਦਾ ਇਹ ਅਨੋਖਾ ਰੂਪ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਮੀਟਿੰਗ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ਉੱਤੇ ਭਗਵੰਤ ਮਾਨ ਭੜਕ ਗਏ ਤੇ ਗੁੱਸੇ ਵਿੱਚ ਪੱਤਰਕਾਰਾਂ ਵੱਲ ਨੂੰ ਉੱਠ ਖਲੋਤੇ। ਭਗਵੰਤ ਮਾਨ ਦਾ ਅਜਿਹਾ ਰੂਪ ਵੇਖ ਕੇ ਸਭ ਹੈਰਾਨ ਹੋ ਗਏ। ਪ੍ਰੈਸ ਕਾਨਫਰੰਸ ਵਿੱਚ ਅਫੜਾ ਦਫੜੀ ਮਚ ਗਈ, ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹਨਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਕੌਣ ਕਹਿੰਦਾ ਅਕਾਲੀ ਦਲ? ਤੁਸੀਂ ਹੋਰ ਤੁਸੀਂ ਸਵਾਲ ਕਰੋ, ਛੱਡੋ ਯਾਰ। ਹੈਲੋ, ਕੌਣ ਕਹਿੰਦਾ ਅਕਾਲੀ ਦਲ? ਕੌਣ ਕਹਿੰਦਾ ਤੈਨੂੰ? ਕੌਣ ਕਹਿੰਦਾ? ਕਿਹੜੇ ਧਰਨੇ ਲਾਉਂਦੇ? ਕਾਹਦੇ ਵਿਰੁੱਧ ਧਰਨੇ ਲਾਉਂਦੇ? ਉਹ ਯਾਰ ਚੁੱਪ ਕਰ, ਸਿਰਫ ਧਰਨਿਆਂ ਨਾਲ ਕਿਰਪਾ ਕਰਕੇ ਧਰਨਿਆਂ ਨਾਲ ਕੋਈ ਵਿਰੋਧੀ ਧਿਰ ਨਹੀਂ ਬਣਦੀ ਹੁੰਦੀ। ਓਕੇ, ਸਵਾਲਾਂ ਨਾਲ ਬਣਦੀ ਹੁੰਦੀ ਹੈ। ਇੱਕ ਮਿੰਟ, ਤੁਸੀਂ ਪੜ੍ਹਿਆ ਕਿ ਸਭ ਤੋਂ ਵੱਧ ਸਵਾਲ ਕਿਹਦੇ ਨੇ? ਫਿਰ ਵਿਰੋਧੀ ਧਿਰ ਕੌਣ ਹੈ? ਜ਼ਮੀਨੀ ਕੀ ਜ਼ਮੀਨੀ ਹੈ? ਸੁਖਬੀਰ ਬਾਦਲ ਨੂੰ ਤੁਸੀਂ ਸੀਰੀਅਸ ਲਈ ਜਾਂਦੇ ਹੋ ਯਾਰ, ਮੰਦ ਬੁੱਧੀ ਬੱਚਾ ਉਹ। ਨਹੀਂ ਨਹੀਂ, ਤੁਸੀਂ ਹੋਰ ਸਵਾਲ ਕਰੋ ਯਾਰ ਕੋਈ, ਤੂੰ ਠੇਕਾ ਲਿਆ ਸਾਰੇ ਸਵਾਲਾਂ ਦਾ। ਹਾਂ ਫਿਰ ਕੀ ਗੱਲ ਬਣੀ? ਸਵਾਲ ਪੁੱਛੋ ਯਾਰ, ਇੱਕ ਮਿੰਟ ਤੁਹਾਡੇ ਮਤਲਬ ਸਵਾਲ ਪੁੱਛ ਲੈਣਾ ਅੱਜ।
ਦਰਅਸਲ ਇੱਥੇ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ, ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ? ਬਸ ਇਹ ਸਵਾਲ ਪੁੱਛਣ ਦੀ ਦੇਰ ਸੀ ਕਿ ਮਾਨ ਸਾਹਿਬ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸ਼ਰਿਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ। ਹੋਰ ਸਵਾਲ ਕਰੋ ਯਾਰ, ਕੋਈ ਤੂੰ ਠੇਕਾ ਲੈ ਸਾਰੇ ਸਵਾਲਾਂ ਦਾ।